ਲੈ ਵੀ ਜਰਾ ਧਿਆਨ ਦੇਣਾ, ਇਹ ਮਾਤਾ ਕੀ ਸੱਸ ਫੁਲਮ ਦੇ ਔਰ ਕੀ ਨਣਦ ਸਮੀਰ ਦੇ, ਉਹਨਾਂ ਨੇ ਰਾਜਾ ਕੁਛ ਸਿਖਾ ਦਿਆ। ਜੈ ਹੋ ਜੈ ਹੋ ਵੀਰ ਪਾ ਮਜਰੀ ਗੱਦੀ ਕੀ ਜੈ ਜੈਕਾਰ, ਔਰ ਗੱਦੀ ਕੋ ਭਾਗ ਲਾਵਾ ਮੇਰਾ ਵਾਗੜ ਵਾਲਾ ਪੀਰ, ਹਮਾਰੇ ਭਗਤਾਈ ਕੋ ਕੈਮਰ ਖਬਣਾ ਕਾ ਮੇਰਾ ਸੈਂਸਾ ਬੋਲੋ ਸੱਚੇ ਦਰਬਾਰ ਕੀ ਜੈ। ਹਾਂਜੀ ਸਿਖਾ ਦਿਆ ਵੀ ਤੇਰੀ ਰਾਣੀ ਟੂਣੇ ਮੰਦਰ ਜਹਾ, ਔਰ ਸਾਰੇ ਸ਼ਹਿਰ ਮੈਂ ਚਰਚਾ ਕਰਾ ਦੀ ਹੈ। ਲੈ ਵੀ ਦੰਦਾ ਤੇ ਹਾਂਜੀ ਹਾਂਜੀ ਮੇਰੇ ਹਰਪ੍ਰੀਤ ਬਾਬਾ ਜੀ ਨੇ ਦਿਆ ਹੈ ਦਾਨ, ਇਹ ਪੀਰ ਬਾਬਾ ਜੀ ਦੇ ਨਾਮ ਤੇ ਦਿਆ ਹੈ ਦਾਨ। ਪੀਰ ਬਾਬਾ ਅਮਰ ਸਿੰਘ ਰਹਾ ਭਗਤਾਈ ਨੂੰ ਕੈਮ ਰੱਖਾ ਬਣਾ ਕੇ ਰੱਖਾ ਬਣੇ ਰਹੋ ਜੀ, ਆਨੰਦ ਰਹੋ ਜੀ। ਫਿਰ ਰਾਜਾ ਨੇ ਆਪਣੇ ਮਨ ਮਾ ਸੋਚਿਆ ਵੀ ਮੇਰਾ ਰਾਣੀ ਦਾ ਤਾਂ ਕੋਈ ਕਸੂਰ ਨਹੀਂ ਹੈ, ਮੇਰੇ ਗਹਿਣੇ ਤੇ ਸੇਵਾ ਕਰੀ ਹੈ, ਪਰ ਮੇਰੀ ਮਾਂ ਔਰ ਮੇਰੀ ਬਹਿਣ ਇਹ ਕਿਆ ਬਾਤ ਕਰ ਰਹੀ ਹੈ। ਲੈ ਵੀ ਵੀਰ ਤੈਨੂੰ ਇਸ ਤੇ ਵੀ ਚੰਗੀ ਰਾਣੀ ਵਿਆਹ ਕੇ ਲੈਣ ਦੇਗੇ, ਪਰ ਰਾਣੀ ਨੇ ਮਾਰੀ ਬਹੁਤ ਬੇਇੱਜ਼ਤੀ ਕਰਵਾ ਦੀ, ਉਂਗਲੀਆਂ ਕਰਵਾ ਦੀ, ਸਹਿਰ ਮਾ ਚਰਚਾ ਹੋ ਗਈ ਆ। ਯਾ ਤੋ ਤੈਨੂੰ ਇਸ ਦੁੱਧ ਕੀ ਕਸਮ ਆ, ਜੋ ਮਾਂ ਦਾ ਹੈ ਦੁੱਧ ਇਸ ਨੂੰ ਤੈਨੂੰ ਕਸਮ ਹੈ, ਮਾਂ ਭਗਵਾਨ ਦੇ ਵਿੱਚ ਹੀ ਹੈ, ਜਿਸ ਘਰ ਮਾਂ ਮਾਂ ਹੈ ਆ ਜਿੰਦੀ ਉਹ ਭਾਗਾਂ ਵਾਲਾ ਘਰ ਸਮਝੋ, ਮਾਂ ਦਾ ਰੁਤਬਾ ਭਗਵਾਨ ਤੇ ਵੀ ਉੱਚਾ ਹੈ, ਜਿਸ ਘਰ ਮਾਂ ਮਾਂ ਇਹ ਚੰਦਰਮਾ ਦਾ ਰੂਪ ਆ, ਲਿਖੀ ਹੋਈ ਗੱਲ ਹੈ ਅਣਲਿਖੀ ਵੀ ਨਹੀਂ, ਜੇ ਮਾਂ ਨੂੰ ਪੁੱਤ ਗਾਲਾਂ ਕੱਢ ਦੇ, ਮਾਂ ਕੀ ਬੇਇੱਜ਼ਤੀ ਕਰ ਦੇ, ਉਸ ਘਰ ਮਾਂ ਚੰਦਰਮਾ ਨਾਰਾਜ਼ ਹੋ ਜਾਗਾ, ਮਾਇਆ ਨਹੀਂ ਰਹਿੰਦੀ, ਪੈਸੇ ਬਾਹਰ ਨੂੰ ਚਲੇ ਜਾਣਗੇ, ਜਿੰਨੇ ਮਰਜ਼ੀ ਇਕੱਠੇ ਕਰੇ ਵੇ ਹੋਵਾਂ, ਇਹ ਮੇਰਾ ਵਾਅਦਾ ਹੈ। ਔਰ ਜੇ ਪੁੱਤ ਆਪਣੇ ਬਾਪ ਨੂੰ ਗਲ ਦੇ ਫੜ ਲੈ ਇਸ ਤਰ੍ਹਾਂ, ਉਸ ਘਰ ਮਾਂ ਸੂਰਜ ਦੇਵਤਾ ਨਾਰਾਜ਼ ਹੋ ਜਾਗਾ, ਸ਼ਨੀ ਦਾ ਵਾਸਾ ਹੋ ਜਾਣਾ, ਉਸ ਘਰ ਮਾਂ ਝਗੜੇ ਹੀ ਰਹਿਣਾ। ਯਾਨੀ ਮਾਂ ਬਾਪ ਤੇ ਅੱਡ ਬਛਾਕਰ ਹੋ, ਮਾਂ ਬਾਪ ਨੂੰ ਆਪਣੀ ਜ਼ਬਾਨ ਸੇ ਕਦੀ ਮਾੜਾ ਨਹੀਂ ਬੋਲਣਾ ਚਾਹੀਦਾ। ਆ ਜਿਸ ਘਰ ਮਾਂ ਕਿਸੇ ਨੂੰ ਟੋਕਣੇ ਵਾਲਾ ਵੀ ਨਾ ਹੈ, ਉਹ ਘਰ ਔਲੇ ਚਲੇ ਜਾਣਾ। ਜਿਸ ਘਰ ਮਾਂ ਕੋਈ ਆਪਣੇ ਬੱਚੇ ਨੂੰ, ਬਹੂ ਨੂੰ ਔਰ ਧੀ ਨੂੰ, ਆਪਣੇ ਪੁੱਤਾਂ ਨੂੰ ਟੋਕਾ ਕੋ, ਪੁੱਤ ਕਿੱਥੇ ਗਿਆ ਤਾਂ ਗੈਰ ਟੈਪ ਹੋ ਗਿਆ, ਦੇਖੀ ਉਸਨੂੰ ਕੋਈ ਟੋਕਣੇ ਵਾਲਾ ਤਾਂ ਹੈ ਨਹੀਂ, ਉਹ ਜਿੱਦਾਂ ਮਰਜ਼ੀ ਜਾਓ, ਯਾਨੀ ਫਿਰ ਉਹ ਕੰਮ ਗਲਤ ਹੁੰਦੇ ਚਲੇ ਜਾਂ। ਘਰ ਕੇ ਅੰਦਰ ਬੜੇ ਬਜ਼ੁਰਗ ਕੀ, ਆਪਣੇ ਬੜੇ ਭਾਈ ਕੀ ਇੱਜ਼ਤ ਘਰ ਮਾਂ ਹੋਣੀ ਚਾਹੀਦੀ, ਆਪਣੇ ਘਰ ਮਾਂ ਦੇਵੀ ਆਈ ਵੀ ਉਸਕੀ ਵੀ ਇੱਜ਼ਤ ਹੋਣੀ ਚਾਹੀਦੀ, ਮਾਂ ਕੀ ਇੱਜ਼ਤ ਹੋਣੀ ਚਾਹੀਦੀ, ਇਹ ਲਕਸ਼ਮੀ ਹੋਵਾ ਘਰ ਕੀ, ਯਾਨੀ ਤਰੀਕੇ ਤਰੀਕੇ ਛੇ। ਲੈ ਵੀ ਜਰਾ ਧਿਆਨ ਦੇਣਾ, ਇਹ ਮਾਈ ਕੋ ਰਾਜਾ ਸਾਹਿਬ ਨੇ ਕੱਲ ਮੈਂ ਤਜਰਬਾ ਕਰੂੰਗਾ, ਇਹ ਵੀ ਤਨੇ ਕਸਮ ਨੂੰ ਗਲਤ ਦਵਾ ਦੀ, ਕੋਈ ਹੋਰ ਚੀਜ਼ ਕੀ ਕਸਮ ਦਵਾ ਦਿੰਦੀ, ਮੇਰੀ ਮਾਂ ਕੇ ਦੁੱਧ ਕੀ ਕਸਮ ਨਾ ਦਵਾਉਂਦੀ ਤੂੰ। ਪਰ ਜਾ ਦਿਨ ਚੜ੍ਹਨ ਦੇ ਪਹਿਲਾਂ ਪਹਿਲਾਂ ਰਾਣੀ ਕਤਲ ਹੋਈ ਵੀ ਮਿਲਾ ਗਈ ਤੁਹਾਨੂੰ। ਲੈ ਵੀ ਜਾਂਦਾ ਤਿਓ ਇਹ ਰਾਜਾ ਦੋ ਧਾਰਾ ਖੰਡਾ ਚੱਕਾ, ਰਾਣੀ ਨੂੰ ਮਾਰਨੇ ਕੇ ਬਾਅਦ ਜਹਾਂ ਕਿਆ ਤੇਰੇ ਕਹਿਣੀ ਕੀ ਬਾਤ, ਕਿਆ ਮੈਂ ਬਲਕਿ ਸੁਣ ਗਿਆ ਕੈਸੇ ਕੈਸੇ ਸੋਭਾਦਾਰੀ ਸੇ ਬੋਲ ਬਣਿਆ ਜੀ।
ਕੋਈ ਵੀ ਨਾ ਤੇਰੀ ਦੀ ਜਵਾਬ ਆਇਆ
ਤੇ ਦਰਬਾਰ ਕੀ ਜੈ।